ਐਕਸਟਰਾ ਚਾਰਜ 3 ਗੱਡੀਆਂ ਨੇ ਆਪਣੀ ਕੰਪਨੀ ਦੀਆਂ, ਕੰਮ ਬਹੁਤ ਘੱਟ ਗਿਆ ਦਾ, ਅਤੇ 2 ਪਹੁੰਚ ਗਈਆਂ ਅਤੇ 1 ਪਿੱਛੇ ਆ ਰਹੀ ਹੈ ਜੀ। ਬੈਕ ਕਰਕੇ ਗੱਡੀ ਲਾਣੀ। ਹਾਂਜੀ ਕਿਸ ਹਾਲ ਬਹੁਤ ਕਿਸ ਹਾਲ ਹੈ ਜੀ। ਮੁਹੰਮਦ ਸਾਦਿਕ ਰਦਾ ਇਹ ਮੁਦੀਰ ਹੈ ਸਾਡਾ ਜੀ, ਠੀਕ ਹੈ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ ਦੋਸਤੋ, ਕਿੱਦਾਂ? ਉਮੀਦ ਕਰਨਾ ਸਾਰੇ ਦੋਸਤ ਭਰਾ ਠੀਕ ਠਾਕ ਆਉਂਦੇ। ਜਿਹੜੇ ਜਿਹੜੇ ਭਰਾ ਚੈਨਲ 'ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦਿਓ। ਅਤੇ ਅੱਜ ਦੀ ਆਪਾਂ ਕਰਾਂਗੇ ਵੀਡੀਓ ਸ਼ੁਰੂ। ਹਾਂਜੀ ਜੀ ਦੋਸਤੋ, ਸੁਬਹਾ ਦਾ ਟਾਈਮ ਹੈ ਅਤੇ ਟਾਈਮ ਹੋ ਗਿਆ 8 ਦਾ। ਮੌਸਮ ਵੀ ਮਾਸ਼ਾਅੱਲਾ ਅੱਜ ਜਿਹੜਾ ਨਾ ਸੁਬਹਾ ਸੁਬਹਾ ਦਾ ਠੀਕ ਹੀ ਹੈ। ਆਪਾਂ ਜਾ ਰਹੇ ਹਾਂ ਜੀ ਇਸ ਟਾਈਮ ਕੰਮ 'ਤੇ। ਰਾਤੀ ਬਹੁਤ ਤੂਫਾਨ ਆਇਆ ਸੀ ਇੱਥੇ ਹੁੰਦਾਂਦੀਆਂ ਸਰਕਾਰ, ਅਤੇ ਹਰ ਪਾਸੇ ਜਿਹੜਾ ਨਾ ਸਰਕਾਰ ਘੱਟਾ ਹੀ ਘੱਟਾ ਹੋਇਆ ਪਿਆ ਦੇਖ ਸਕਦੇ। ਮੌਸਮ ਜਿਹੜਾ ਨਾ ਗਹਿਰਾ ਗਹਿਰਾ ਹੋਇਆ ਪਿਆ ਹਰ ਪਾਸੇ ਦੇਖ। ਬਾਕੀ ਉਹ ਆਪਣੀ ਛੱਬੋ ਖਲੋਤੀ ਹੈ ਥੱਲੇ, ਇਹ ਜਿਹੜੀਆਂ ਗੱਡੀਆਂ ਫਾਰ ਸੇਲ ਹਨ ਉਹਨਾਂ ਵਿੱਚ 5 ਰਹਿ ਗਈਆਂ ਬਸ, ਬਾਕੀ ਜਿਹੜੀਆਂ ਸਾਰੀਆਂ ਵਿਕ ਗਈਆਂ ਨੇ। 5 ਵਿਕ ਗਈਆਂ ਅਤੇ 5 ਰਹਿ ਗਈਆਂ ਮਗਰ ਓਕੇ ਹੋ ਗਿਆ। ਹੁੰਦਾ ਨਹੀਂ ਆ ਸ਼ਹਿਰ ਠੀਕ ਹੋ ਗਿਆ। ਹੁਣ ਆਪਾਂ ਚੱਲੀਏ ਥੱਲੇ, ਆਪਣੀ ਕਰੀਏ ਛੱਬੋ ਨੂੰ ਸਟਾਰਟ ਅਤੇ ਚੱਲੀਏ ਕੰਮ 'ਤੇ। ਦੇਖ ਰਹੇ ਹੋਣੇ ਅੱਜ ਵਰਦੀ ਵੀ ਆਪਣੀ ਚੇਂਜ, ਕਿਉਂਕਿ ਆਪਾਂ ਅੱਜ ਜਾ ਰਹੇ ਹਾਂ ਐਕਸਟਰਾ 'ਚ ਐਕਸਟਰਾ ਦੇ ਕੰਮ 'ਤੇ। ਅਤੇ ਚਲੋ ਚੱਲਦੇ ਹਾਂ ਆਪਾਂ ਚੱਕ ਫਿਰ ਚੌਧਰੀ ਆਵੇ। ਰਾਤੀ ਨੇਰੀ ਆ ਇਹ ਦੇਖੋ, ਹਰ ਪਾਸੇ ਜਿਹੜਾ ਧੂੜ ਹੀ ਧੂੜ ਤੱਕ ਘੱਟਾ ਹੀ ਘੱਟਾ ਹੋਇਆ ਪਿਆ, ਅਤੇ ਗੱਡੀਆਂ ਦਾ ਵੀ ਅੱਜ ਇਹੋ ਹੀ ਹਾਲ ਹੋਇਆ। ਹੁਣ ਗੱਡੀ ਰਾਤੀ ਮੈਂ ਧੋਤੀ ਸੀ ਆਪਣੇ ਵਾਲੀ, ਅਤੇ ਧੋ ਕੇ ਖਿਲਾਰੀ ਸੀ ਅਤੇ ਵੇ ਹੋ ਗਿਆ ਹੋਣਾ ਉਹਦੇ ਵਾਲਾ ਵੀ ਕੰਮ ਭਰ ਕੀਤੀ ਹੋਣੀ ਹੈ ਸਾਰੀ। ਇਹ ਗੱਡੀਆਂ ਨੇ 10 ਗੱਡੀਆਂ ਹਨ, 10 ਗੱਡੀਆਂ ਹਨ ਜਿਨ੍ਹਾਂ ਵਿੱਚ ਹੁਣ 5 ਰਹਿ ਗਈਆਂ, ਬਾਕੀ ਵਿਕ ਗਈਆਂ। ਲੱਗਦਾ ਬਚ ਗਈ ਹੋਣੀ ਹੈ ਧੂੜ ਤੋਂ। ਗੱਡੀ ਖਿਲਾਰ ਗਿਆ ਇਹਦਾ ਕੋਈ, ਇਹਦਾ ਹਾਲ ਚਾਲ ਬਚ ਗਈ ਹੈ ਨਹੀਂ ਧੂੜ 'ਚ ਉਹ ਚੈੱਕ ਕਰੋ, ਧੂੜ ਚੈੱਕ ਕਰੋ ਉਹ ਹੁਣ ਹਵਾ ਨਾਲ ਗੱਡੀ ਚੱਲੇਗੀ ਨਾ, ਹਵਾ ਨਾਲ ਉੱਡ ਉੱਡ ਜਾਏਗੀ ਤੋੜ ਜਿਹੜੀ ਹੈ। ਕੱਲ੍ਹ ਵਾਹਵਾ ਦਿਨਾਂ ਬਾਅਦ ਜਿਹੜਾ ਨਾ ਆਪਾਂ ਗੱਡੀ ਆਪਣੀ ਸਾਫ਼ ਕੀਤੀ ਸੀ ਬਾਹਰੋਂ ਬਾਹਰੋਂ, ਅੰਦਰ ਉਸ ਤਰ੍ਹਾਂ ਹੀ ਮਿੱਟੀ।
ਹਾਂਜੀ ਜੀ, ਗੱਡੀ ਆਪਾਂ ਕਰ ਲਈ ਸਟਾਰਟ ਸਰਕਾਰ। ਨਿਊਟਰਲ ਕਰਦਾ ਮੈਂ ਕਿਤੇ ਟਾਇਰ ਟੂਰ ਨਾ ਜਾਮ ਹੋਏ ਹੋਣ ਪੋਤੀ ਹੈ ਰਾਤੀ, ਅਤੇ ਗੱਡੀ ਸਟਾਰਟ ਕਰ ਲਈ ਹੈ। ਥੋੜ੍ਹੀ ਸਾਰੀ ਗਰਮ ਹੁੰਦੀ ਅਤੇ ਫਿਰ ਆਪਾਂ ਨਿਕਲਣਾ। ਉਨੀ ਦੇਰ ਤੱਕ ਟਾਇਰ ਚੈੱਕ ਕਰ ਲਈਏ। ਧੂੜ ਚੰਗੀ ਪਈ ਹੋਏ ਹੋਏ, ਇਹਨਾਂ ਨੂੰ ਚੈੱਕ ਮੈਂ ਕੀ ਕਰਾਂ, ਇਹ ਤਾਂ ਸਾਰੇ ਹੱਥ ਵੀ ਭਰ ਗਏ ਨੇ ਮੇਰੇ। ਸ਼ਾਹ ਵੀ ਹੈ ਨਹੀਂ ਨਾ ਅਸੀਂ ਕੁਛ, ਜਿਹਦੇ ਨਾਲ ਆਪਾਂ ਇਹਨਾਂ ਨੂੰ ਚੈੱਕ ਕਰ ਲਈਏ ਖੜਕਾ ਕੇ। ਲੈ ਲਈ ਆਪਾਂ ਰਾਡ ਚ ਦੀ ਰਾਡ, ਇਹਦੇ ਨਾਲ ਚੈੱਕ ਕਰ ਲਈ। ਓਕੇ ਆ, ਓਕੇ ਆ, ਰਾਡ ਮਾਰਨੇ ਉਭਰਦਾ ਨਾ ਤੇ ਸਮਝ ਲਓ ਕਿ ਵਿੱਚ ਵਾਹ ਹੈ ਪੂਰੇ, ਪਿਛਲੇ ਟਾਇਰ ਮੱਠੇ ਆ ਸਰਕਾਰ ਗੱਡੀ ਦੇ। ਜਿਹਦੀ ਵਜ੍ਹਾ ਤੋਂ ਲਾਜ਼ਮੀ ਜਿਹੜਾ ਸੁਬਾਹ ਚੈੱਕ ਕਰ ਲਓ ਪਾਣੀ, ਲੈਣ ਤੱਕ ਪੂਰਾ ਹੱਲ ਪਾਣੀ। ਅਤੇ ਹੁਣ ਆਪਾਂ ਨਿਕਲਦੇ ਹਾਂ, ਗੱਡੀ ਆ ਨਵੀਂ ਹੋਈ ਹੈ ਸਰਕਾਰ। ਓਕੇ, ਸਾਲ ਹੀ ਤਕਰੀਬਨ ਸੰਨ 2023 ਜਦੋਂ ਗੇੜਾ ਨਾ ਚੜ੍ਹਿਆ ਨਾ ਉਦੋਂ ਇਹ ਗੱਡੀ ਆਈ। ਅਤੇ ਇਹ 23 ਮਾਡਲ, ਅਤੇ ਇਨਸ਼ਾਅੱਲਾ ਇਨਸ਼ਾਅੱਲਾ ਖੈਰ ਰੱਖੀ, ਥੋੜ੍ਹਿਆਂ ਦਿਨਾਂ ਤੱਕ ਆ ਜਾਣੀਆਂ ਗੱਡੀਆਂ ਨਵੀਆਂ। 20 ਗੱਡੀਆਂ ਜਿਹੜੀਆਂ ਨਾ ਆਪਣੇ ਕਫੀਲ ਨੇ ਖਰੀਦੀਆਂ ਨੇ, ਅਤੇ ਉਹ ਆ ਜਾਣੀ ਤਕਰੀਬਨ 10-15 ਦਿਨਾਂ ਤੱਕ। ਫਿਰ ਆਪਾਂ ਇਹ ਗੱਡੀ ਦੇ ਕੇ ਤਾਂ ਉਹਨਾਂ 'ਚੋਂ ਇੱਕ ਨਵੀਂ ਲਾਂਗੇ, ਹੈ ਤਾਂ ਨਵੀਂ ਇਹ ਵੀ ਹੈ। ਫਿਰ ਦੇਖੋ ਚੱਲੀ ਕਿੰਨੀ ਹੈ, 1,00,000 ਅਤੇ 30,164 ਕਿਲੋਮੀਟਰ ਚੱਲ ਗਈ ਹੈ। ਇਹ ਸਾਰੀ ਟੋਟਲੀ ਤੁਹਾਡੇ ਭਰਾ ਨੇ ਚਲਾਈ ਹੈ, ਜਿਹਦੇ ਮੈਂ ਆਇਆ ਹਾਂ ਪਾਕਿਸਤਾਨ। ਇਹ ਗੱਡੀ ਨਵੀਂ ਲਈ ਸੀ, ਉਦੋਂ ਨਵੀਆਂ ਆਈਆਂ ਹਨ, ਤਾਂ ਫਿਰ ਇਹ ਵਾਲੀ ਮੈਂ ਰੱਖ ਲਈ। ਕਰੀਏ ਏ ਸੀ ਆਨ ਅਤੇ ਸਰਕਾਰ ਨਿਕਲੀਏ, ਅਤੇ ਜਾ ਕੇ ਅਤੇ ਉੱਥੋਂ ਲਈਏ ਮੁੰਡੇ ਨੂੰ ਹੈਲਪਰ ਨੂੰ, ਅਤੇ ਲੈ ਕੇ ਅਤੇ ਫਿਰ ਸਰਕਾਰ ਆਪਾਂ ਚੱਲੀਏ ਕੰਪਨੀ 'ਚ ਜਿੱਥੋਂ ਆਪਾਂ ਅੱਜ ਗੱਡੀ ਲੋਡ ਕਰਨੀ ਹੈ। ਅਤੇ ਅੱਜ ਆਪਾਂ ਗੱਡੀ ਲੋਡ ਕਰਨੀ ਹੈ ਏ ਸੀ, ਫਰਿੱਜ, ਵਾਸ਼ਿੰਗ ਮਸ਼ੀਨ, ਚੁੱਲ੍ਹੇ, ਇਹ ਘਰ ਦਾ ਜਿਹੜਾ ਸਮਾਨ ਹੁੰਦਾ ਇਹ ਅੱਜ ਆਪਾਂ ਲੋਡ ਕਰਕੇ, ਅਤੇ ਦੇਖਾਂਗੇ ਆਪਣੇ ਕਸਟਮਰ ਕਿੱਧਰ ਕਿੱਧਰ ਨੇ, ਫਿਰ ਡਿਲੀਵਰੀਆਂ ਕਰਨੀਆਂ ਜੱਦੇ ਦੇ ਵਿੱਚ। ਅਤੇ ਚੱਲਣੇ ਸਭ ਤੋਂ ਪਹਿਲਾਂ ਕੰਪਨੀ 'ਚ ਚੁੱਕਣੇ ਉੱਥੋਂ ਹੈਲਪਰ ਨੂੰ, ਅਤੇ ਚੱਲ ਕੇ ਅਤੇ ਫਿਰ ਕੰਪਨੀ 'ਚੋਂ ਗੱਡੀ ਲੋਡ ਕਰਨੀ ਹੈ। ਅਤੇ ਲੋਡ ਆਪਾਂ ਕਰਨੀ ਹੈ ਖੁੰਮਰਿਓਂ, ਠੀਕ ਹੋ ਗਿਆ, ਜੱਦੇ ਦੇ ਵਿੱਚ। ਖੁੰਮਰਾ ਇੱਥੋਂ ਤਕਰੀਬਨ ਬਣ ਜਾਂਦਾ 60-65 ਕਿਲੋਮੀਟਰ ਬਣਦਾ, ਅਤੇ ਉੱਥੋਂ ਆਪਾਂ ਗੱਡੀ ਲੋਡ ਕਰਕੇ ਫਿਰ ਡਿਲੀਵਰੀਆਂ ਲਾਵਾਂਗੇ। ਚੱਲੀਏ ਸਭ ਤੋਂ ਪਹਿਲਾਂ ਕੰਪਨੀ 'ਚ ਜਿੱਥੋਂ ਮੁੰਡੇ ਨੂੰ ਚੁੱਕਣਾ। ਰਾਤੀ ਨਾ ਸਰਕਾਰ ਬਹੁਤ ਜਿਹੜੀ ਹੈ ਨਾ ਹਨੇਰੀ ਹੈ, ਇੱਥੇ ਚੱਲੀਏ ਹਵਾ, ਉਹਦੇ ਨਾਲ ਸਰਕਾਰ ਰਾਤ ਨੂੰ ਜਿਹੜਾ ਨਾ ਏ ਸੀ ਉਸੀ ਸਭ ਕੁਛ ਬੰਦ ਹੋਇਆ ਪਿਆ ਸੀ, ਨਸਾਂ ਬੰਦ ਹੋ ਗਈਆਂ, ਹੁਣ ਪਤਾ ਨਾ ਕੀ ਹੋ ਗਿਆ ਸੀ, ਕਿਉਂਕਿ ਹਰ ਪਾਸੇ ਤਾਂ ਘੱਟਾ ਹੀ ਘੱਟਾ ਹੈ। ਉਦੋਂ ਸਵੇਰੇ ਉੱਠੇ ਹਾਂ ਅਤੇ ਵੇਖਿਆ ਹਾਂ ਹਰ ਸ਼ਾਇਦ ਚਿੱਟੀ ਹੋਈ ਪਈ ਹੈ, ਹਰ ਪਾਸੇ ਹੀ ਧੋੜ ਧੋੜ, ਅਤੇ ਹਰ ਸ਼ਾਇਦ ਚਿੱਟੀ ਹੋਈ ਪਈ ਸੀ ਘੱਟੇ ਨਾਲ। ਇਹ ਆਪਣਾ ਸਰਕਾਰ ਹਮਦਾਨੀਆਂ ਸ਼ਹਿਰ ਹੈ ਜਿੱਥੋਂ ਆਪਾਂ ਨਿਕਲ ਰਹੇ ਹਾਂ। ਇੱਧਰ ਆਪਣਾ ਉਹ ਸਾਹਮਣੇ ਕਾਰ ਆ ਗਿਆ ਚੌਂਕ, ਅਤੇ ਇੱਥੋਂ ਆਪਾਂ ਰਾਈਟ ਲਾਂਗੇ, ਅਤੇ ਅੱਗੋਂ ਫਿਰ ਯੂਟਰਨ ਲੈ ਗਏ ਮੇਨ ਰੋਡ ਤੋਂ, ਅਤੇ ਸਿੱਧਾ ਚੜਾਂਗੇ ਹੱਥ ਸਰੀਆ ਅਤੇ ਤਰੀਕ ਹਰਾ ਮੈਨ 'ਤੇ,
ਤੇ ਕੰਪਨੀ ਚੋਂ ਮੁੰਡੇ ਨੂੰ ਲਵਾਂਗੇ ਨਾਲ ਤੇ ਫਿਰ ਆਪਾਂ ਚੱਲਾਂਗੇ ਨਾਲ ਨਾਲ। ਜਿਹੜਾ ਨਾ ਮਦਰਾ ਸੇਲ ਹੈ, ਮਦਰਾ ਸੇਲ ਆਉਂਦੇ ਆ ਜੀ ਨਹਿਰ ਨੂੰ, ਨਾਲ ਨਾਲ ਜਿਹੜੀ ਇਹਨੇ ਸਰਕਾਰ ਨਹਿਰ ਬਣਾਈ ਆ ਨਾ ਪੱਕੀ, ਜਦੋਂ ਪਾਣੀ ਪੂਣੀ ਬਾਰਿਸ਼ ਪੈਂਦੀ ਆਈ ਹੈ ਨਾ ਤੇ ਫਿਰ ਇੱਦਾਂ ਹੀ ਕਾਸੀ ਹੁੰਦੀ ਉਹਦੀ। ਚੁੱਕ ਲਿਆ, ਹੁਣ ਜਾ ਰਹੇ ਹਾਂ ਆਪਾਂ ਕੰਪਨੀ 'ਚ ਜਿੱਥੋਂ ਆਪਾਂ ਗੱਡੀ ਲੋਡ ਕਰਨੀ ਹੈ। ਇਸ ਟਾਈਮ ਆਪਾਂ ਜਿਹੜਾ ਤਰੀਕ ਜਸਾਨ 'ਤੇ ਰੋਡ ਸਿੱਧਾ ਜਸਾਨ ਨਜਰਾਨ ਯਮਨ ਜਾਂਦਾ, ਠੀਕ ਹਾਂਜੀ ਜੀ ਦੋਸਤੋ ਆਪਾਂ ਪਹੁੰਚ ਗਏ ਹਾਂ ਕੰਪਨੀ 'ਚ ਜਿੱਥੋਂ ਆਪਾਂ ਗੱਡੀ ਲੋਡ ਕਰਨੀ ਹੈ ਅਤੇ ਮੁੰਡਾ ਆਪਣਾ ਨਾਲ ਜਿਹੜਾ ਸੀ ਮੁੰਡੇ ਆਪਣੇ ਨਾਲ ਅੱਜ ਦੋ ਆਏ ਨੇ। ਇੱਕ ਆਪਾਂ ਨੂੰ ਜਿਹੜਾ ਨਾ ਐਡਵਾਂਸ 'ਚ ਹੀ ਮਿਲ ਗਿਆ ਕਿਉਂਕਿ ਕੰਮ ਸ਼ੰਮ ਹੈ ਨਹੀਂ ਤਾਂ ਉਹਨੇ ਗਿਆ ਸੀ ਮੈਨੂੰ ਨਾਲ ਲਾਈਓ, ਚਲੋ ਜਿਹੜਾ ਉੱਥੋਂ ਹੋਏਗਾ 50-50 ਕਰਾਂਗੇ, ਉਹਨੂੰ ਨਾਲ ਲੈਂਦੇ ਆਪਾਂ, ਨਾਲੇ ਆਪਾਂ ਵੀ ਕੰਮ 'ਤੇ ਸੌਖੇ ਰਹਾਂਗੇ। ਪਹੁੰਚ ਗਿਆ ਕੰਪਨੀ 'ਚ, ਤੁਹਾਨੂੰ ਗੱਡੀ ਆਪਣੀ ਚੈੱਕ ਕਰਾਈਏ ਜਰਾ, ਕੱਲ੍ਹ ਆਪਾਂ ਸਾਫ਼ ਸੁਥਰੀ ਕੀਤੀ ਹੈ। ਇੱਕ ਆ ਆਪਣੀ ਕੰਪਨੀ ਦੀ ਗੱਡੀ ਹੈ, ਠੀਕ ਹੈ, ਇੱਕ ਦੂਸਰੀ ਆ ਪਿੱਛੇ ਆਉਣ ਡਈ। ਤਿੰਨ ਅੱਜ ਗੱਡੀਆਂ ਇਸ ਕੰਪਨੀ 'ਚ ਐਕਸਟਰਾ ਦੇ ਵਿੱਚ, ਐਕਸਟਰਾ 'ਚ ਅੱਜ ਤਿੰਨ ਗੱਡੀਆਂ ਨੇ ਆਪਣੀ ਕੰਪਨੀ ਦੀਆਂ। ਕੰਮ ਬਹੁਤ ਘੱਟ ਗਿਆ ਦਾ ਅਤੇ ਦੋ ਪਹੁੰਚ ਗਈਆਂ ਅਤੇ ਇੱਕ ਪਿੱਛੇ ਆ ਰਹੀ ਹੈ ਜੀ, ਠੀਕ ਆਉਂਦੀ ਹੈ ਅਤੇ ਫਿਰ ਇੱਥੇ ਲੋਡ ਕਰਨੇ ਆ। ਅਜੇ ਕੰਪਨੀ ਵੀ ਨਹੀਂ ਖੁੱਲੀ ਆ, ਦੇਖ ਲਈ ਅਜੇ ਉਹਨਾਂ ਦੀਆਂ ਆਪਣੀਆਂ ਗੱਡੀਆਂ ਲੋਡ ਹੋਣ ਡਈਆਂ, ਜੇ ਲੋਡ ਹੁੰਦੀ ਆ ਫਿਰ ਸਾਡੀ ਫਾਰੀ। ਜਿਹੜੇ ਭਰਾ ਆਪਣਾ ਨਵੇਂ ਆਉਂਦੇ ਆ ਪਾਕਿਸਤਾਨ ਨੂੰ ਜਾਂ ਪਾਕਿਸਤਾਨ ਜਿਹੜੇ ਰਹਿੰਦੇ ਆ ਅਤੇ ਉਹ ਸੋਚਦੇ ਹੁਣ ਕੀ ਹਿਸਾਬ ਕਿਤਾਬ ਹੈ, ਕਿਵੇਂ ਡਿਲੀਵਰੀਆਂ ਕਰਦੇ ਇੱਥੇ, ਕੀ ਸਿਸਟਮ ਹੈ ਇੱਥੋਂ ਦਾ, ਸਰਕਾਰ ਸਿਸਟਮ ਸੇਮ ਹੀ ਹੈ, ਗੱਡੀ ਤੁਸੀਂ ਲੋਡ ਕਰ ਲੈਣੀ ਹੈ, ਤੁਹਾਨੂੰ ਪੇਪਰ ਦੇਣ ਦਿਓ, ਪੇਪਰ 'ਚ ਲਿਖੇ ਹੁੰਦੇ ਕਿੰਨੇ ਕਸਟਮਰ ਨੇ, ਕੀ ਸਮਾਨ ਹੈ ਉਹਨਾਂ ਦਾ, ਅਤੇ ਮੋਬਾਈਲ ਨੰਬਰ ਉੱਤੇ ਲਿਖਿਆ ਹੋਏਗਾ, ਏਰੀਆ ਜਿਹੜਾ ਉਹ ਲਿਖਿਆ ਹੋਏਗਾ, ਠੀਕ ਹੈ ਉਹਨਾਂ ਦਾ, ਅਤੇ ਉਹਨਾਂ ਨੂੰ ਫੋਨ ਕਰਕੇ ਅਤੇ ਲੋਕੇਸ਼ਨ ਤੁਸੀਂ ਵਟਸਐਪ 'ਤੇ ਮੰਗਾ ਲੈਣੀ ਹੈ ਉਹਨਾਂ ਕੋਲੋਂ। ਇੱਥੇ ਜਿਹੜਾ ਕੰਮ ਸਾਰਾ ਲੋਕੇਸ਼ਨ 'ਤੇ ਚੱਲਦਾ ਪਾਕਿਸਤਾਨ 'ਤੇ, ਫੋਨ ਕਰਕੇ ਪੁੱਛ ਲੈਂਦੇ ਕਿਹੜੀ ਜਗ੍ਹਾ 'ਤੇ ਬੰਦਾ ਉੱਥੇ ਪਹੁੰਚ ਜਾਂਦਾ, ਲੇਕਿਨ ਇੱਥੇ ਜਿਹੜੀ ਇਹ ਲੋਕੇਸ਼ਨ ਹੁੰਦੀ ਹੈ, ਠੀਕ ਹੈ, ਉਹ ਲੋਕੇਸ਼ਨ ਵਟਸਐਪ 'ਤੇ ਸੈਂਡ ਕਰਦੇ ਆ, ਉਹ ਤੁਸੀਂ ਚਲਾਉਣੀ ਹੈ, ਚਲਾ ਕੇ ਕਸਟਮਰ ਦੇ ਘਰ ਪਹੁੰਚ ਜਾਣਾ, ਅਤੇ ਉੱਥੇ ਜਿਹੜਾ ਉਹਦਾ ਸਮਾਨ ਹੋਇਆ ਉਹ ਗੱਡੀ 'ਚੋਂ ਕੱਢ ਕੇ ਉੱਥੇ ਉਹਦੇ ਘਰ ਖੜ੍ਹ ਕੇ ਅਤੇ ਖੋਲ੍ਹ ਕੇ ਫਿੱਟ ਕਰਕੇ ਉਹਨੂੰ ਦੇਣਾ ਸਰਕਾਰ ਨਾਲ, ਫਿਟਿੰਗ ਵੀ ਇਹਦੀ, ਠੀਕ ਹੈ। ਅਤੇ ਜਿਹੜਾ ਇੱਥੇ ਬਿਲਡਿੰਗਾਂ ਤੁਸੀਂ ਦੇਖੀਆਂ ਹੋਣੀਆਂ, ਬੜੀਆਂ ਬੜੀਆਂ ਉੱਚੀਆਂ ਬਿਲਡਿੰਗਾਂ, 10-10 ਫਲੋਰ ਦੀਆਂ ਹੁੰਦੀਆਂ, ਅਤੇ ਆਪਣਾ ਜਿਹੜਾ ਲਾਸਟ ਜਿੱਥੇ ਤੱਕ ਆਪਾਂ ਪਹੁੰਚਾਉਣਾ ਹੁੰਦਾ ਸਮਾਨ, ਤੀਸਰੀ ਯਾਨੀ ਤੀਸਰੇ ਦੌਰ ਤੱਕ ਆਪਣਾ ਸਮਾਨ ਪਹੁੰਚਾਉਣਾ ਹੁੰਦਾ, ਉਸ ਉੱਤੇ ਜਿੰਨੇ ਵੀ ਹੁੰਦੇ ਉਹਦਾ ਯਾਨੀ ਵੱਖਰਾ ਹਿਸਾਬ ਹੁੰਦਾ, ਇਸ ਲਈ ਆਪਾਂ ਨਾਲ ਤੀਸਰਾ ਵੀ ਬੰਦਾ ਲਿਆਉਂਦਾ ਕਿਤੇ ਕੋਈ ਸਮਾਨ ਭਾਰਾ ਹੋਇਆ, ਅਤੇ ਤਿੰਨ ਜਿਹੜਾ ਨਾ ਆਪਾਂ ਚਾੜ ਲਾਂਗੇ, ਦੋ ਵੀ ਚਾੜ ਲੈਂਦੇ ਲੇਕਿਨ ਥੋੜ੍ਹਾ ਔਖਾ ਹੁੰਦਾ ਬੰਦਾ, ਅਤੇ ਮੁੰਡਾ ਵਿਹਲੇ ਹੀ ਘਰ ਅਤੇ ਉਹਨੂੰ ਆਪਾਂ ਨਾਲ ਲਿਆਉਂਦਾ, ਅਤੇ ਹੁਣ ਚੱਲਦੇ ਹਾਂ ਵਿਹਲੇ ਹਾਂ, ਗੱਡੀ ਹੈਗੀ ਅਤੇ ਟਾਈਮ ਨਹੀਂ ਹੋਇਆ, ਗੱਡੀ ਹੁੰਦੀ ਹੈ ਲੋੜ, ਅਤੇ ਫਿਰ ਚੱਲਦੇ ਹਾਂ ਕਸਟਮਰ ਕੋਲ ਅੱਗੇ, ਅਤੇ ਉਹਦਾ ਚੱਲ ਕੇ ਵਿਹਲੇ ਕੀ ਸਮਾਨ ਉਹ ਲਾਵਾਂਗੇ ਜਾ ਕੇ।
ਫੇਰ ਕਰਨੇ ਆ ਬਈ। ਠੀਕ ਹੈ ਜੀ, ਆਪਣੀਆਂ ਗੱਡੀਆਂ ਲੋਡ ਕਰਨ ਡੇ ਆ, ਆਪਣੀਆਂ ਗੱਡੀਆਂ ਲੋਡ ਕਰਕੇ ਫਾਰਗ ਹੁੰਦੇ ਆ, ਅਤੇ ਫਿਰ ਸਾਨੂੰ ਆਵਾਜ਼ ਦੇਣ ਦੇ ਬਈ ਲਿਆਓ ਆਪਣੀਆਂ ਗੱਡੀਆਂ, ਅਤੇ ਫਿਰ ਆਪਾਂ ਅੰਦਰ ਗੱਡੀ ਲੈ ਕੇ ਜਾਵਾਂਗੇ ਅਤੇ ਚੱਲ ਕੇ ਅਤੇ ਲੋਡ ਕਰਾਂਗੇ। ਠੀਕ ਹੈ, ਹੁਣ ਦੇਰ ਤੱਕ ਆਪਾਂ ਵੇਟ ਕਰਨੇ ਜੀ। ਜੀ ਆਵਾਜ਼ ਆਪਾਂ ਨੂੰ ਪੈ ਗਈ ਹੈ ਕਿ ਗੱਡੀ ਲੈ ਕੇ ਅਤੇ ਆਇਓ, ਆਪਾਂ ਜਿਹੜਾ ਨਾ ਸਰਦਾਰ ਗੱਡੀ ਲੈ ਕੇ ਚੱਲਾਂਗੇ ਅਤੇ ਲੋਡ ਕਰਾਂਗੇ। ਠੀਕ ਹੈ, ਪੇਪਰ ਆਪਣਾ ਰੈਡੀ ਹੋ ਗਏ, ਸਮਾਂ ਉਹ ਤੀਸਰੀ ਗੱਡੀ ਵੀ ਆਪਣੀ ਆ ਗਈ। ਠੀਕ ਹੈ, ਦੋ ਆਪਣੇ ਵਾਲੀ ਤੀਸਰੀ। ਠੀਕ ਹੈ, ਲੇਕਿਨ ਆਪਾਂ ਨੂੰ ਇਹ ਨਹੀਂ ਪਤਾ ਕਿ ਆਪਾਂ ਲਾਣੀ ਕਿੱਧਰ ਰਹੇ ਅਤੇ ਲੋਡ ਕਿੱਥੋਂ ਕਰਨੀ ਹੈ। ਸਾਰੇ ਹੀ ਇਹਦੇ ਟੋਟਲੀ ਦਰਵਾਜ਼ੇ ਨੇ ਸਾਰੇ ਲੈਣ ਸੇ, ਮੁੰਡਾ ਪਤਾ ਨਹੀਂ ਕਿੱਧਰ ਗਿਆ, ਕਿੱਥੋਂ ਲੋਡ ਕਰ ਸਾਂ। ਇੱਧਰ ਆਹੋ, ਇੱਧਰ ਹੀ ਆਪਾਂ ਬੈਕ ਕਰਕੇ ਲਾਵਾਂਗੇ, ਬੈਕ ਕਰਕੇ ਆਪਾਂ ਗੱਡੀ ਲਾਵਾਂਗੇ। ਦਰਵਾਜ਼ੇ ਬੰਦ ਹੀ, ਗੱਡੀ ਬੈਕ ਕਰਕੇ ਲਾਉਂਦੇ, ਅੰਦਰ ਚੱਲ ਕੇ ਖੋਲ੍ਹਣੇ ਦਰਵਾਜ਼ੇ ਦੇ ਸਾਈਡਾਂ, ਸਰਕਾਰ ਆਪਣੀ ਚੈੱਕ ਕਰ ਲੈਣੀ ਹੈ, ਨਹੀਂ ਤਾਂ ਬੈਕ ਕਰਕੇ ਗੱਡੀ ਬਾਹਣੀ ਹੈ। ਦਰਵਾਜ਼ੇ ਤੇ ਚਾਚਾ ਖੋਲ ਲਾ, ਰੋਕ ਦੇ, ਰੋਕਾਂਗੇ ਤੇ ਗੱਡੀ ਕਰਾਂਗੇ ਹੁਣ ਲੋਡ। ਠੀਕ ਹੈ ਜੀ, ਲੋਡ ਕਰਕੇ ਫਿਰ ਮਿਲਦੇ ਹਾਂ। ਮੈਂ ਇਹਦੇ ਨਾਲ ਸਟਾਰਟ ਹੀ ਰਹਿੰਦੇ ਰਹਿੰਦੇ ਸਟਾਰਟ ਬਾਰੀ, ਦਰਵਾਜ਼ੇ ਖੁੱਲ੍ਹ ਗਏ ਨੇ। ਚਲੋ, ਗੱਡੀ ਆਪਣੀ ਹੋ ਗਈ ਹੈ ਲੋਡ, ਅਤੇ ਆਪਾਂ ਗੱਡੀ ਉੱਧਰੋਂ ਲੋਡ ਕਰਕੇ ਅਤੇ ਦੂਸਰੀ ਸਾਈਡ 'ਤੇ ਆ ਗਏ ਹਾਂ। ਇੱਥੇ ਗੱਡੀ ਖਿਲਾਰਾਂਗੇ ਅਤੇ ਦਰਵਾਜ਼ੇ ਪਿੱਛੋਂ ਖੁੱਲ੍ਹੇ ਨੇ, ਅਤੇ ਇਹਨੂੰ ਸਮਾਨ ਦਿਖਾਉਂਦੇ ਹਾਂ ਕੀ ਆਪਣੇ ਕੋਲ, ਅਤੇ ਫਿਰ ਦਰਵਾਜ਼ੇ ਬੰਦ ਕਰਨੇ ਗੱਡੀ ਦੇ। ਮੁੰਡਾ ਹੁਣ ਗੱਡੀ ਲਗਾ ਲੋਡ ਕਰਨ, ਦੇਖਿਓ ਬੈਕ ਗੱਡੀ ਲਾਉਣ ਲੱਗਾ, ਇੱਥੇ ਬੈਕ ਕਰਕੇ ਲਾਉਂਗੇ। ਇਸ ਤਰ੍ਹਾਂ ਬੈਕ ਕਰਕੇ ਗੱਡੀ ਲਾ ਲਓ, ਚੱਲ ਵੀ ਚੱਲ ਲੰਘ ਜਾ ਗੱਡੀ ਲਾਉਣ ਦੇ ਮੁੰਡੇ ਨੂੰ, ਬੈਕ ਗੱਡੀ ਲਾਉਣ ਦੇ। ਇੱਥੇ ਝੋਰੇ ਪਾਣੀ ਵੇਚ ਲੈ ਕੇ, ਪਾਣੀ ਵੇਚ ਲੈ, ਪਾਣੀ ਲੈ ਲੈ। ਸਲਾਮ ਅਲੈਕਮ, ਪਾਣੀ ਜੇ ਕੋਲ ਪਾਣੀ ਨਹੀਂ, ਆਈਸਕ੍ਰੀਮ ਕੁਲਫੀ ਮਲਾਈ ਵਾਲਾ ਹੈ। ਹਾਂ, ਪਾਣੀ ਨਹੀਂ ਹੈ, ਪਾਣੀ ਨਹੀਂ ਹੈ, ਲੈ ਲਓ ਕੁਲਫੀ ਖਾ ਲਓ, ਅੱਛੇ ਵਾਲਾ ਬਦਾਮ ਵਾਲਾ ਹੈ। ਮੈਂ ਘੋੜੇ ਪਾਣੀ ਲੈ ਕੇ, ਮੈਂ ਘੋੜੇ ਪਾਣੀ ਵੇਚਣ ਡਿਆ, ਚੰਗੇ ਪਾਣੀ ਨਹੀਂ ਘੁੱਲ ਰਹੀਆਂ, ਮੈਂ ਸੱਦ ਲਿਆ ਸੀ ਤੇ ਮੈਂ ਜੀ ਯਾਰ ਚੱਲ ਦੇਈ ਆ, ਕੋਈ ਮੁਸ਼ਕਿਲ ਨਹੀਂ। ਦਰਵਾਜ਼ੇ ਬੰਦ ਕਰੀਏ, ਇਹ ਸਮਾਨ ਜੀ ਆਪਣੇ ਕੋਲ, ਦੋ ਫਰਿੱਜਾਂ ਨੇ, ਵਾਸ਼ਿੰਗ ਮਸ਼ੀਨ ਹੈ, ਦੋ ਐਲ ਸੀ ਡੀਆਂ ਨਾਲ ਵਾਸ਼ਿੰਗ ਮਸ਼ੀਨ। ਦਰਵਾਜ਼ਾ ਆਪਾਂ ਕਰਾਂਗੇ ਬੰਦ,
ਹਾਂਜੀ ਕੀ ਹਾਲ ਬੋਜ ਆਏ ਆਪਣੇ ਜਿਹੜੇ ਮੁਦੀਰ ਨੇ ਆਏ ਨੇ ਤੁਮਨ ਤੁਮ ਮੌਜੂਦ ਕੀ ਹਾਲ ਕੋਈ ਸਮਾਂ ਆ ਜੀ ਮੁਹੰਮਦ ਸਾਦਿਕ ਰਦਾ ਇਹ ਮੁਦੀਰ ਹੈ ਸਾਡਾ ਜੀ ਠੀਕ ਹੈ ਉਹ ਵੀ ਮੁਦੀਰ ਹੈ ਠੀਕ ਹੈ ਸਾਰੇ ਇੱਥੇ ਘੁੰਮ ਫਿਰੀ ਅਤੇ ਮੁਦੀਰ ਵੀ ਮੈਂ ਹੌਲੇ ਹੌਲੇ ਨੇ ਹੁਣ ਆਪਾਂ ਨਿਕਲੀਏ ਗੱਡੀ ਲੋੜ ਚਲੀਏ ਹਾਂਜੀ ਜੀ ਪਹੁੰਚ ਗਏ ਆਪਾਂ ਹੋਟਲ 'ਤੇ ਇਹ ਹੋਟਲ ਯਮਨੀ ਆਉਂਦਾ ਅਤੇ ਇੱਥੋਂ ਆਪਾਂ ਨਾਸ਼ਤਾ ਕਰਾਂਗੇ ਉਹ ਮੁੰਡੇ ਦੋ ਤੁਰ ਗਏ ਆਪਣੇ ਅਤੇ ਗੱਡੀ ਬੰਦ ਕਰੀਏ ਅਤੇ ਆਪਾਂ ਵੀ ਚੱਲੀਏ ਸਰਕਾਰ ਇੱਥੇ ਲੱਗ ਜਾਣਾ ਅੱਧਾ ਘੰਟਾ 15 ਮਿੰਟ ਤੱਕ ਗੱਡੀ ਸਟਾਰਟ ਨਹੀਂ ਰੱਖਣੀ ਆ ਦੇਖੋ ਜੀ ਆਪਣਾ ਸ਼ੇਰ ਕਿੱਧਰੋਂ ਨਿਕਲਣ ਡੇ ਆ ਦੇਖ ਰਹੇ ਬਾਹਰ ਨਿਕਲ ਰਿਹਾ ਗਰਮੀ ਲੱਗ ਰਹੀ ਜੀ ਨਾਸ਼ਤਾ ਕਰਕੇ ਆਪਾਂ ਆ ਗਏ ਹਾਂ ਨਾਸ਼ਤਾ ਕਰਕੇ ਆ ਗਏ ਹਾਂ ਅਤੇ ਹੁਣ ਆਪਾਂ ਨਿਕਲੀਏ ਅਤੇ ਚੱਲੀਏ ਕਸਟਮਰ ਆਪਣੇ ਕੋਲ ਨੇ ਜੀ ਫਰੂਸੀਆ ਮਨਾਰ 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 ਸਾਮਰ 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 ਰਿਹਾਨ ਅਲਵਾਹਾ ਅਤੇ ਸਾਮਰ ਅਲਵਾਹਾ ਇੱਧਰ ਦੇ ਆਪਣੇ ਕੋਲ ਕਸਟਮਰ ਨੇ 12 ਕਸਟਮਰ ਨੇ ਆਪਣੇ ਕੋਲ ਅਤੇ ਇਹ ਲਾ ਕੇ ਆਪਾਂ ਜਿਹੜਾ ਫਿਰ ਕਾਰ ਚੱਲਾਂਗੇ ਪਹਿਲਾਂ ਇਹਨਾਂ ਨੂੰ ਲਾਈਏ ਅਤੇ ਟਾਈਮ ਹੋ ਗਿਆ ਅਤੇ ਸਰਕਾਰ 11 ਦਾ ਨਾਸ਼ਤਾ ਨੁਸ਼ਤਾ ਕਰ ਲਿਆ ਗੱਡੀ ਲੋਡ ਕਰ ਲਈਏ ਅਤੇ 11 ਦਾ ਟਾਈਮ ਹੋ ਗਿਆ ਅਤੇ ਜੇ ਤੱਕ ਆਪਾਂ ਕੋਈ ਕਸਟਮਰ ਨਹੀਂ ਲਾਇਆ ਠੀਕ ਹੈ ਅਤੇ ਹੁਣ ਫੋਨ ਕਰਾਂਗੇ ਅਤੇ ਲਾਵਾਂਗੇ ਆਪਾਂ ਕਸਟਮਰ ਚਲੋ ਆਉਂਦੇ ਆ ਮੁੰਡੇ ਕਰਨੇ ਆ ਫੋਨ 'ਤੇ ਨਿਕਲਦੇ ਗੱਡੀ ਆਪਾਂ ਇੱਧਰ ਲੈਣ ਦੀ ਹੈ ਦੇਖੋ ਜਿੰਨੇ ਵੀ ਮੁੰਡੇ ਹਨ ਆਪਣੀ ਕੰਪਨੀ ਦੇ ਗੱਡੀਆਂ ਲੋਡ ਕਰਨ ਵਾਲੇ ਸਾਰੇ ਇੱਥੇ ਨਾਸ਼ਤਾ ਕਰਦੇ ਜੀ ਅਤੇ ਆਪਾਂ ਕਰਕੇ ਨਾਸ਼ਤਾ ਆ ਗਏ ਹਾਂ ਗੱਡੀ 'ਚ ਪੀਂਦੇ ਆ ਰਹੇ ਚਾਵਾਂ ਚਾਵਾਂ ਹਾਂਜੀ ਵਾਹ ਜੀ ਆਪਾਂ ਨਾਸ਼ਤਾ ਕਰਕੇ ਅਤੇ ਨਿਕਲ ਆਏ ਹਜੇ ਸਰਕਾਰ ਅਤੇ ਸਾਮਰ ਮਨਾਰ 4 ਸਾਮਰ ਦੇ ਅਤੇ 1 ਮਨਾਰ ਦਾ 5 ਕਸਟਮਰ ਲਾ ਰਹੇ ਨੇ ਇਹ 6 ਮੀਲ ਜਾਣ ਡੇ ਜ਼ਰਾ ਦੂਰ ਹੈ ਅਜੇ ਅਤੇ ਬਾ ਫਿਰ 200 ਉੱਤੇ ਜਾਣ ਡੇ ਹੈ 23 ਮਿੰਟਾਂ ਦੀ ਇਹਦੀ ਲੋਕੇਸ਼ਨ ਹੈ ਲੋਕੇਸ਼ਨ ਠੀਕ ਹੋ ਗਿਆ ਅਤੇ ਟਾਈਮ ਹੋ ਗਿਆ 2:40 6ਵਾਂ ਕਸਟਮਰ ਇਹ ਲਾ ਕੇ ਫਿਰ ਬਾਕੀ ਸਾਡੇ ਕੋਲ 5 ਕਸਟਮਰ ਨੇ 1 ਰਿਆਨ ਦਾ ਅਤੇ ਬਾਕੀ ਜਿਹੜੇ ਅਲਵਾਹਾ ਦੇ ਨੇ 1 ਸਾਮਰ ਦਾ ਅਤੇ 3 ਜਿਹੜੇ ਅਲਵਾਹਾ ਦੇ ਸਾਮਰ ਦਾ 1 ਕਹਿੰਦਾ 5 ਵਜੇ ਤੋਂ ਬਾਅਦ ਚਲੇ ਜਾਂਦੇ ਅਤੇ ਦੁਬਾਰਾ ਇੱਥੇ ਆਵਾਂਗੇ ਫਿਰ ਆਣ ਕੇ ਲਾਹੁੰਦੇ ਹਾਂ ਇਹਦਾ ਪਹਿਲਾਂ ਲਾਈਆ ਦੂਰ ਦਾ ਹੀ 1 ਰਿਆਨ ਜਿਹੜਾ ਉਹ ਦੂਰ ਦਾ 2 ਲਾ ਕੇ ਫਿਰ ਦੁਬਾਰਾ ਆਪਾਂ ਸਾਮਰ ਅਲਵਾਹਾ ਆਵਾਂਗੇ ਅਤੇ ਉਹਨਾਂ ਦਾ ਲਾ ਕੇ ਤਾਂ ਫਿਰ ਇਨਸ਼ਾਅੱਲਾ
ਮਗਰਬ ਟਾਈਮ ਤੱਕ ਮੁੱਕ ਜਾਏਗਾ ਇਨਸ਼ਾਅੱਲਾ ਆਪਣਾ ਕੰਮ। ਚਲੋ ਚੱਲਦੇ ਹਾਂ ਇਹਦੇ ਕੋਲ, ਇਹਦਾ ਲਾਈਏ ਚੱਲ ਕੇ ਕੀ ਸਮਾਨ ਇਹਦਾ ਚੱਲ ਕੇ ਵੇਖਦੇ ਹਾਂ। ਗੱਡੀ ਚੈੱਕ ਕਰੋ, ਖਲੋਤੀ ਖਲੋਤੀ ਤਬਾਹ। ਹਾਂਜੀ ਜੀ, ਆਖਰੀ ਕਸਟਮਰ ਹੈ ਆਪਣਾ, ਲਾਈਏ ਅਤੇ ਫਿਰ ਚੱਲੀਏ ਆਪਾਂ ਘਰ। ਲਾਸਟ ਕਸਟਮਰ ਜੀ, ਜ਼ੀਰੋ ਮਾਫੀ। ਹਾਂਜੀ ਜੀ, ਮੁੱਕ ਗਿਆ ਕੰਮ ਆਪਣਾ, ਦੇਖ ਲਓ ਜੀ ਦੇਣੀ। ਹੁਣ ਆਪਾਂ ਉਹਨਾਂ ਨੂੰ ਲਾਈਏ, ਛੇ ਵੱਜ ਗਏ, ਕੰਮ ਵੀ ਆਪਣਾ ਮੁੱਕ ਗਿਆ। ਤਾਪਦੇ ਮੁੱਕ ਗਿਆ ਕੰਮ, ਹੁਣ ਕਰੀਏ ਦਰਵਾਜ਼ੇ ਬੰਦ ਗੱਡੀ ਦੇ, ਫਿਰ ਚੱਲੀਏ ਇਹਨਾਂ ਨੂੰ ਲਾ ਕੇ ਨਿਕਲੀਏ ਆਪਾਂ। ਕਰੋ ਜੀ ਦਰਵਾਜ਼ੇ ਬੰਦ। ਹਾਂਜੀ ਜੀ, ਉੱਤਰ ਚੱਲੇ ਮੁੰਡੇ, ਕੰਮ ਜਾ ਰਹੇ ਨੇ। ਟਾਈਮ ਬਾਬਾ ਹੀ ਹੋ ਗਿਆ ਯਾਰ, ਟਾਈਮ ਬਾਬਾ ਲਾ ਰਹੇ, ਰਾਹ 'ਚ ਖਲੋ ਗਏ, ਰੰਗ 'ਚ ਇੱਕ ਵਾਰੀ ਖਲੋਤੇ ਆ, ਇੱਕ ਵਾਰੀ ਇਹਨੇ ਰੋਟੀ ਲੈਣੀ ਸੀ ਉਦੋਂ ਖਲੋਤੇ ਆ, ਵਾਪਸੀ ਤੇ ਰੋਟੀ ਇਹਨਾਂ ਲਈ ਹੈ ਤੇ ਆਪਾਂ ਹੁਣ ਇਨਸ਼ਾਅੱਲਾ ਹਮਦਾਨੀਆਂ ਜਾ ਕੇ ਤੇ ਫਿਰ ਰੋਟੀ ਖਾਵਾਂਗੇ। ਭਈਆ ਟਾਈਮ ਬਹੁਤ ਬਣੂ, ਇਹ ਭੁੱਖ ਵੀ ਨਹੀਂ, ਹਾਲੇ 7 ਵਜੇ ਨੇ, 7 ਵਜੇ ਘੰਟਾ ਹੀ ਜਾਣੀ ਜਿਹੜਾ ਨਾ ਅਸੀਂ ਫਿਰਦੇ ਰਹੇ ਹਾਂ, ਤਕਰੀਬਨ ਕੋਈ 40 ਮਿੰਟ ਤਾਂ ਉੱਥੇ ਲੱਗ ਗਏ ਹਨ ਬੈਂਕ 'ਚ ਸਾਡੇ। ਅਤੇ ਹੁਣ ਆਪਾਂ ਨਿਕਲੇ ਹਾਂ, ਜਾ ਰਹੇ ਹਾਂ ਘਰ। ਅਤੇ ਠੀਕ ਹੈ ਸਾਰੇ ਭਰਾ, ਆਪ ਕੇ ਦਵਾਵਾਂ।